ਪੂਰੇ ਜੱਗ ਵਿੱਚ ਵਸਦੇ ਹੋਏ ਪੰਜਾਬੀ ਪਿਆਰਿਓ ਇਸ਼ਾਨ ਬਾਜਵਾ ਹਾਸ਼ਮ ਸ਼ਾਹ ਜੀਵਨ ਤੇ ਰਚਨਾ ਦੀ ਅਗੜੀ ਲੜੀ ਲੈ ਕੇ ਤੁਹਾਡੀ خدمت ਹਾਜ਼ਰ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਹਾਸ਼ਮ ਸ਼ਾਹ ਦਾ ਜਿਹੜੇ ਕਲਾਮ ਬਹੁਤ بڑے ਸ਼ਾਇਰ ਹੋਏ ਨੇ ਕਲਾਸਿਕ ਦੇ ਉਹਨਾਂ ਦਾ ਕਲਾਮ ਤੇ ਉਹਨਾਂ ਦੇ ਕਲਾਮ ਦੀ ਵਡਿਆਈਆਂ ਤੇ ਉਹਨਾਂ ਦੇ ਕਲਾਮ ਦਾ ਨਮੂਨਾ ਤੁਹਾਡੇ ਨਾਲ ਸਾਂਝਾ ਕਰਦੇ ਲਿਗਿਆ ਰਹੇ ਹਾਂ ਕਿੱਸਾ ਸੋਹਣੀ ਮਹੀਂਵਾਲ ਹਾਸ਼ਮ ਸ਼ਾਹ ਨੇ ਬੜੇ ਸੋਹਣੇ ਸੁਨੱਖੇ ਢੰਗ ਨਾਲ ਲਿਖਿਆ ਹੈ ਡਾਕਟਰ ਨਾਮ ਸਿੰਘ ਸ਼ਾਨ ਆਖਦੇ ਨੇ ਕਿ ਉਹਨਾਂ ਵਕ ਵਕ ਸਮਿਆਂ ਤੇ ਵੱਖਰੇ ਵੱਖਰੇ ਸ਼ਾਇਰਾਂ ਦੇ ਲਿਖੇ 76 ਪੰਜਾਬੀ ਕਿਸੇ ਲੱਭ ਲੈਨੇ ਪਰ ਉਹ ਸਾਰੇ ਦੇ ਸਾਰੇ ਹਾਸ਼ਮ ਸ਼ਾਹ ਦੀ ਇਸ ਰਚਨਾ ਤੋਂ ਮਗਰੋਂ ਦੇ ਰਚੇ ਹੋਏ ਲੱਗਦੇ ਨੇ ਪਰ ਫੇਰ ਵੀ ਪੰਜਾਬੀ ਬੋਲ ਦੇ ਲੋਕਾਂ ਨੇ ਇਸ ਕਿਸੇ ਨੂੰ ਇੰਜ ਵਿਸਾਰੀ ਰੱਖਿਆ ਭੁਲਾਈ ਰੱਖਿਆ ਚੇਤਿਓਂ ਉਹਲੇ ਕੀਤੀ ਰੱਖਿਆ ਹੈ ਤੇ ਜੋ ਕਿ ਸਾਰੇ ਦੇਸ਼ ਵਾਸੀ ਇਸ ਕਿਸੇ ਦੀ ਹੋਂਦ ਤੋਂ ਅਜੇ ਤੱਕ ਅਜਾ ਨਹੀਂ। ਡਾਕਟਰ ਛਾਂਦ ਲਿਖਦੇ ਨੇ ਵੀ ਆਮ ਪੜਨ ਵਾਲੇ ਤਾਂ ਰਹੇ ਇੱਕ ਪਾਸੇ ਗੋਪਾਲ ਅਤੇ ਅਮੋਲ ਵਰਗੇ ਲਖਾਰੀਆਂ ਨੇ ਤਾਂ ਆਪਣੀਆਂ ਕਿਤਾਬਾਂ ਵਿੱਚ ਦਰਦ ਹਾ ਦਰਜ ਕੀਤੇ ਹਾਸ਼ਮ ਸ਼ਾਹ ਦੀ ਕਰਤਾਰੇ ਲੇਖਦਿਆਂ ਹਾਸ਼ਮ ਸ਼ਾਹ ਦੀ ਇਸ ਕਰਤਨੂ ਵਿੱਚ ਉਹਦਾ ਜ਼ਿਕਰ ਹੀ ਨਹੀਂ ਕੀਤਾ। ਸਗੋਂ ਉਹਨਾ ਇਥਨਟੀਕਰ ਲਿਖ ਮਾਰਿਆ ਵੀ ਸੋਹਣੀ ਦੇ ਕਿਸੇ ਬਾਬਤ ਵੀ ਪੂਰੇ ਭਰੋਸੇ ਨਾਲ ਨਹੀਂ ਆਖਿਆ ਜਾ ਸਕਦਾ। ਬੀ ਆ ਹਿਸ਼ਮ ਸ਼ਾਹ ਨੇ ਉਸ ਕਿਸਾਲ ਲਿਖਿਆ ਵੀ ਹੈ ਜਾਂ ਨਹੀਂ ਜਾਂ ਐਵੇਂ ਹੀ ਉਹਨਾਂ ਦੇ ਨਾਮ ਨਾਲ ਲਾ ਦਿੱਤਾ ਗਿਆ ਇਸ ਵਿੱਚ ਸ਼ੱਕ ਨਹੀਂ ਪੀ ਹਾਸ਼ਮ ਸ਼ਾਹ ਦੀ ਸੋਹਣੀ ਬੜਾ ਚਿਰ ਅਣਗੌਲੀ ਰਹੀ ਤੇ ਪਈ ਰਹੀ ਤੇ ਹਾਸ਼ਮ ਸ਼ਾਹ ਦੀ ਸੋਹਣੀ ਨੂੰ ਉਹਨਾਂ ਦੀ ਲਿਖੀ ਸੱਸੀ ਵਾਲੀ ਮਸ਼ਹੂਰੀ ਤੇ ਲੋਕ ਮਾਨਤਾ ਨਾ ਮਿਲ ਸਕੇ ਉਹਦੀ وجہ ਇਹ ਸੀ ਕਿ ਲੋਕਾਂ ਨੂੰ ਘੋਲਿਆ ਹੀ ਨਹੀਂ ਜੇ ਉਹ ਛੱਪ ਜਾਂਦੀ ਛੱਪ ਕੇ ਲੋਕਾਂ ਦੇ ਸਾਹਮਣੇ ਆਉਂਦੀ ਤੇ ਯਕੀਨੀ ਪੱਖੋਂ ਜਿਹੜੀ ਹੈ ਉਹ ਵੀ ਆਪਣਾ ਆਪ ਮਨਵਾ ਲੈਂਦੀ ਪਰ ਉਸ ਦੀ ਹੋਣ ਤੋਂ ਹੀ ਮੁਨਕਰ ਹੋ ਜਾਣਾ ਜਾਂ ਉਸ ਦੀ ਮੌਜੂਦਗੀ ਤੋਂ ਇਨਕਾਰ ਕਰ ਦੇਣਾ ਤੇ ਮਗਰੋਂ ਇਹ ਵੀ ਆਖ ਦੇਣਾ ਪਈ ਇਹ ਵੀ ਕਿਹਾ ਜਾਂਦਾ ਹੈ ਪਈ ਉਸ ਨੇ ਸੋਹਣੀ ਮਹੀਂ ਵਾਲਦਾ ਕਿੱਸਾ ਜਿਹੜਾ ਇਹ ਉਹ ਲਿਖਿਆ ਵੀ ਸੀ ਜਾਂ ਨਹੀਂ ਔਰ ਇਹਦੇ ਤੇ ਸ਼ੱਕ ਕਰਨਾ ਇਹ ਪੰਜਾਬੀ ਅਦਬ ਨਾਲ ਨਾਂਨਸਾਫੀ ਹੈ ਇੱਕ ਪੱਕੀ ਪੀੜ੍ਹੀ ਹਕੀਕਤ ਤੇ ਪਿਹਾਸ਼ਮ ਸ਼ਾਹ ਨੇ ਸੋਹਣੀ ਮਹੀਂ ਵਾਲ ਦੀ ਪ੍ਰੀਤ ਕਹਾਣੀ ਦਾ ਇੱਕ ਸੰਪੂਰਨ ਕਿਸਰਤ ਹੈ ਉਹਨਾਂ ਇਹ ਕਿੱਸਾ ਬਸ ਰਚਿਆ ਹੀ ਨਹੀਂ ਸਕੂ ਉਹਨਾਂ ਇਹ ਕਿੱਸਾ ਰਚਨ ਵਿੱਚ ਪਹਿਲ ਵੀ ਕੀਤੀ ਹੈ ਪੰਜਾਬੀ ਅਧ ਵਿੱਚ ਹੀਰ ਦੀ ਕਹਾਣੀ ਅੰਦਰ ਜਿਵੇਂ ਦਮੋਦਰ ਨੂੰ ਕਿੱਸਾ ਲਿਖਣ ਵਾਲਿਆਂ ਵਿੱਚ ਪਹਿਲ ਕਰਨ ਵਾਲਾ ਮੰਨਿਆ ਜਾਂਦਾ ਹੈ ਇੰਜ ਸੋਹਣੀ ਦਾ ਕਿੱਸਾ ਲਿਖਣ ਵਿੱਚ ਪਹਿਲ ਕਰਨ ਵਾਲਾ ਹਾਸ਼ਮ ਸ਼ਾਹ ਜੀ ਨੂੰ ਮੰਨਿਆ ਜਾਂਦਾ ਹੈ ਹਾਸ਼ਮ ਸ਼ਾਹ ਆਪੂ ਲਿਖਦੇ ਨੇ ਕਿ ਇੱਕ ਦਿਨ ਸ਼ੌਕ ਸਮੇ ਜਗਦਈ ਬੈਠਿਆਂ ਵਿੱਚ ਮਸੀਤੀ ਤੇ ਯਾਰਾਂ ਦਰਦਮੰਦਾਂ ਫਰਮਾਇਸ਼ ਨਾਲ ਮੁਹੱਬਤ ਕੀਤੀ ਸੋਹਣੀ ਤੇ ਮਹੀਂਵਾਲ ਬਨਾਓ ਨਾਲ ਉਹਨਾਂ ਜੋ ਬੀਤੀ ਤੇ ਆਸ਼ਮ ਕੌਣ ਕਿਥਾਵਾਂ ਆਹੇ ਕਿੰਨੇ ਨਾ ਜ਼ਾਹਿਰ ਕੀਤੀ ਡਾਕਟਰ ਨਾਮ ਸਿੰਘ ਸ਼ਾਨ ਆਖਦੇ ਨੇ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਾਸਾ ਪੋਰਾ ਵੀ ਸ਼ੱਕ ਨਹੀਂ ਵੀ ਹਿੰਦੀ ਵਿੱਚ 1699 ਈਸਵੀ ਨੂੰ ਰਚੇ ਸੋਹਣੀ ਚਰਿੱਤਰ ਤੋਂ ਅੱਡ ਹੋਰ ਕੋਈ ਅਜਿਹੀ ਸੋਹਣੀ ਨਹੀਂ ਲੱਭੀ ਜਿੰਨੂੰ ਹਾਸ਼ਮ ਸ਼ਾਹ ਤੋਂ ਪਹਿਲਾਂ ਦੀ ਲਿਖੀ ਹੋਈ ਮੰਨਿਆ ਜਾ ਸਕੇ ਫਾਰਸੀ ਵਿੱਚ ਮਸਨਵੀ ਅੰਦਰ ਰਚੇ ਗਏ ਐ ਕਿਸੇ ਵੀ ਹਾਸ਼ਮ ਸ਼ਾਹ ਤੋਂ ਮਗਰੋਂ ਦੇ ਹੀ ਲਿਖੇ ਗਏ ਨੇ ਜਿਵੇਂ ਮਸਨਵੀ ਸੋਹਣੀ ਮਹੀਵਾਲ ਅਦ ਸਾਲੇ ਜੋ ਲਗਭਗ 1841 ਈਸਵੀ ਦੀ ਕਰਤਾ ਹੈ ਇਹ ਦੂਜਾ ਮਸਨਵੀ ਅ ਅਰਜ਼ੰਗੇ ਇਸ਼ਕ ਇਹ ਅਦ ata محمد ਜ਼ੀਰਕ ਇਹ ਵੀ 1859 ਦੀ ਰਚਨਾ ਹੈ ਕੰਦੇ ਲਜ਼ਤ ਅੱਜ ਨਜ਼ਮ ਆਜ਼ ਨਜ਼ਮੁਦੀਨ ਮਸਕੀਨ ਏ 1867 ਦੀ ਲਿਖਤੇ ਸੋਣੀ ਮਹੀਂ ਵਾਲਦਾ ਹੁਣ ਇੱਕ ਲੱਬਿਆ ਏ ਸਭ ਤੋਂ ਸੋਹਣਾ ਤੇ ਸੁਨੱਖਾ ਕਿੱਸਾ ਏ ਜੋ ਹਾਸ਼ਮ ਸ਼ਾਹ ਤੋਂ ਮਗਰੋਂ ਸੋਣੀ ਦੇ ਕਿਸੇ ਰਚਨ ਲਈ ਲੋੜੀ ਦੀ ਜਾਣਕਾਰੀ ਤੇ ਪ੍ਰੇਰਨਾ ਦਾ ਵੀ ਸੋਮਾ ਬਣਿਆ ਰਿਹਾ ਏ ਹਾਸ਼ਮ ਸ਼ਾਹ ਨੇ ਕਿੱਸਾ ਸੋਣੀ ਮਹੀਂ ਵਾਲ ਨੂੰ ਇੰਜ ਦਿਲ ਲਾ ਕੇ ਸੋਹਣੇ ਸਚਜੇ ਢੰਗ ਨਾਲ ਲੋਕਾਈ ਸਾਹਮੇ ਪੇਸ਼ ਕੀਤਾ ਹੈ ਇਉ ਉਸ ਦੀ ਆਖਰੀ 70 ਵਿੱਚ ਕੀਤੀ ਗਈ ਪਛੀਨ ਗੋਈ ਖੇਤੀ ਹੀ ਆਪਣਾ ਰੰਗ ਰੂਪ ਵਖਾਨ ਲੱਗ ਪਈ ਸੀ ਹਾਸ਼ਮ ਸ਼ਾਹ ਦੇ ਨੇ ਕਿ ਹਾਸ਼ਮ ਇਸ਼ਕ ਸੋਹਣੀ ਦਾ ਜੱਗ ਵਿੱਚ ਜੁਗ ਜੁਗ ਰੋਗ ਕਹਾਣੀ ਹਾਸ਼ਮ ਸ਼ਾਹ ਤੋਂ ਕੁਝ ਮਗੋਂ ਇੱਕ ਨਾਮਵਰ ਸ਼ਾਇਰ ਜੋ ਹਾਸ਼ਮ ਸ਼ਾਹ ਦੇ ਸਮਕਾਲੀ ਕਾਦਰ ਯਾਰ ਜਿਨ੍ਹਾਂ ਦਾ ਅਰਸਾ ਜਿਹੜਾ ਉਹ 802 ਤੋਂ 892 ਹੈ ਤੇ ਉਹਨਾਂ ਤੋਂ ਥੋੜਾ ਮਗਰੋਂ ਹੋਣ ਵਾਲੇ ਸੈਦ ਫਜ਼ਲ ਛਾ ਜਿਨ੍ਹਾਂ ਦਾ ਜ਼ਮਾਨਾ 1827 ਤੋਂ 1890 ਈਸਵੀ ਤੱਕ ਦਾ ਇਸ ਪ੍ਰੀਤ ਕਹਾਣੀ ਨੂੰ ਸੱਜ ਤੇ ਬੈਂਤ ਛੰਦ ਤੇ ਨਿਜ਼ਮਾਨ ਦਾ ਮਾਣ ਉਹਨਾਂ ਹਾਸਲ ਕੀਤਾ ਡਾਕਟਰ ਸ਼ੇਰ ਸਿੰਘ ਦੇ ਜ਼ਿੰਮੇ ਵਿਚਾਰ ਮੁਤਾਬਕ ਕਾਦਰੀਆਰ ਨੇ ਹਾਸ਼ਮ ਸ਼ਾਹ ਦੀ ਸੋਹਣੀ ਦਾ ਕਿੱਸਾ ਵੇਖ ਕੇ ਤੇ ਫਜ਼ਲ ਛਾ ਨੇ ਇਹਨਾਂ ਦੋਵਾਂ ਨੂੰ ਸਾਹਮਣੇ ਰੱਖ ਕੇ ਕਿੱਸਾ ਲਿਖਿਆ ਆਇਆ ਇਸ ਮਗਰੋਂ ਕਈਆਂ ਹੋਰ ਸ਼ਾਇਰਾਂ ਨੇ ਇਸ ਪ੍ਰੇਮ ਕਹਾਣੀ ਨੂੰ ਆਪਣੇ ਆਪਣੇ ਰੰਗ ਢੰਗ ਵਿੱਚ ਨਜ਼ਮਾਇਆ ਪਰ ਹਕੀਕਤ ਗੱਲ ਇਹ ਵੇ ਜੋ ਰੁਤਬਾ ਹਾਸ਼ਮ ਸ਼ਾਹ ਦੀ ਸਸੀ ਨੂੰ ਪੰਜਾਬੀ ਅਦ ਵਿੱਚ ਮਿਲਿਆ ਤੇ ਉਹਦੇ ਹਿੱਸੇ ਆਇਆ ਉਹਨਾਂ ਦੀ ਸੋਹਣੀ ਦੀ ਵੀ ਸੋਹਣੀ ਦੇ ਅਦਬੀ ਖੇਤਰ ਵਿੱਚ ਉਸੇ ਰੁਤਬੇ ਦੀ ਹੱਕਦਾਰ ਹੈ ਇਹਦਾ ਮੁਢਲਾ ਕਾਰਨ ਉਸ ਦੀ ਅਦਬੀ ਮਹਾਰਤ ਤੇ ਨੇਕਨਾਮੀ ਹੈ ਹਾਸ਼ਮ ਸ਼ਾਹ ਹੋਰਾਂ ਦੀ ਬਿਨਾਂ ਕਿਸੇ ਸ਼ੱਕ ਸ਼ੁਬੇ ਦੇ ਹਾਸ਼ਮ ਸ਼ਾਹ ਜੀ ਦਾ ਇੱਕ ਕਸਾ ਵੀ ਅਦਬੀ ਕਾਰਗਰੀ ਦਾ ਇੱਕ ਉੱਚ ਕੋਟੀ ਨਮੂਨਾ ਹੈ ਉਸ ਦੀ ਗੋੰਧ ਸਭ ਨਾਲੋਂ ਤੋਂ ਵਧੀਆ ਤੇ ਨਵੇਕਲੀ ਹੈ ਉਸ ਦੀ ਬੁੰਦਰ ਸਭ ਤੋਂ ਹਕੀਕੀ ਤੇ ਕੁਦਰਤੀ ਹੈ ਇਸ ਦਾ ਬਿਆਨ ਸਭ ਤੋਂ ਵੱਧ ਭਰਪੂਰ ਹੈ ਤੇ ਦਿਲ ਨੂੰ ਟੰਬਣ ਵਾਲਾ ਹੈ ਸੋਹਣੀ ਦੀ ਰਾਤ ਸ਼ਹੀਦੀ ਵਾਲੀ ਨੂੰ ਜਿਸਨਾ ਸ਼ਾਇਰਾਨਾ ਸਾਾਸ ਤੇ ਕਾਮਲ ਮਹਾਰਤ ਦੇ ਨਾਲ ਹਾਸ਼ਮ ਸ਼ਾਹ ਜੀ ਨੇ ਪੂਰਾ ਕੀਤਾ ਉਹ ਬਸ ਉਹਨਾਂ ਦਾ ਹੀ ਕੰਮ ਸੀ ਤੇ ਉਹਨਾਂ ਦੇ ਸੱਚਜੇ ਬਿਆਨ ਨੇ ਕਾਇਨਾਤੀ ਮੰਦਰ ਕਛੀਦੇ ਮੰਦਰ ਬਿਆਨਨ ਦੇ ਢੰਗ ਸੋਹਣੀ ਦੇ ਅਦਬ ਵਿੱਚ ਆਪਣੀ ਨਵੇਕਲੀ ਥਾਂ ਬਣਾਈ ਹੋਈ ਹੈ ਪੰਜਾਬੀ ਪੜਨਵਾਲਿਆਂ ਨੂੰ ਅਤੇ ਪਾਰਖਾ ਨੂੰ ਜਿਉਂ-ਜਿਉਂ ਇਸ ਦੇ ਠੀਕ ਮਤਨ ਦੀ ਸਾਰ ਹੋਵੇਗੀ ਉਸ ਦੀ ਕਦਰ ਤੇ ਕੀਮਤ ਦੀ ਵੀ ਉਹਨਾਂ ਦੀ ਨਜ਼ਰ ਵਿੱਚ ਕਦਰ ਕੀਮਤ ਹੋਈ ਵਾਦੀ ਲੱਗੀ ਜਾਏਗੀ ਹਾਸ਼ਮ ਸ਼ਾਹ ਦਾ ਇਹ ਕਿੱਸਾ ਲਗਭਗ 152 ਸ਼ੇਰਾਂ ਵਿੱਚ ਮੁੱਕ ਜਾਂਦਾ ਹੈ ਤੇ ਕਈਆਂ ਦੀਆਂ ਲਿਖਤੀ ਹੱਥ ਲਿਖਤਾਂ ਵਿੱਚ ਇਹ ਗਿਣਤੀ ਵੱਧ ਘੱਟ ਵੀ ਹੈ। ਹਾਸ਼ਮ ਸ਼ਾਹ ਜੀ ਦੀ ਜਿਹੜੀ ਸੋਣੀ ਅਸਾਂ ਸੋਧੀ ਹੈ ਉਹਦੇ ਵਿੱਚ ਵੀ 157 ਸ਼ੇਰ ਨੇ। ਹਾਸ਼ਮ ਸ਼ਾਹ ਹੋਰਾਂ ਸੋਣੀ ਮੈਂ ਹੀ ਵਾਲਦੇ ਕਿਸੇ ਵਿੱਚ ਜੱਦੀ ਪਿੰਡ ਆਪਣਾ ਜਗਦੀਪ ਕਲਾਮ ਬਾਰੇ ਵੀ ਇਸ਼ਾਰਾ ਕਰ ਦਿੱਤਾ ਹੈ ਜੋ ਬੜੀ ਚੰਗੀ ਗੱਲ ਹੈ। ਇਸ ਕਿਸੇ ਦੇ ਲਿਖਣ ਦਾ ਸੋਮਾ ਹਾਸ਼ਮ ਸ਼ਾਹ ਹੋਰਾਂ ਵੀ ਸੁਣੀ ਸੁਣਾਈ ਅਤੇ ਆਪਣੀ ਦਲੀਲ ਤੇ ਸ਼ੌਕ ਪਰੋਂ ਇਹਦਾ ਮੋੜ ਬਣਿਆ ਤੇ ਉਹ ਲਿਖਦੇ ਨੇ ਕਿ ਤਾਂ ਮੈਂ ਸੁਣੀ ਸੁਣਾਈ ਹਾਲਤ ਯਾ ਦਲੀਲਾਂ ਕਰਕੇ ਆਖੀ ਨਾਲ ਉਹਨਾਂ ਜੋ ਵਰਤੀ ਸ਼ੌਕ ਦਿਲੇ ਵਿੱਚ ਧਰ ਕੇ ਹਾਸ਼ਮ ਸ਼ਾਹ ਉਹਨਾਂ ਸੋਹਣੀ ਦਾ ਦੁਖਾਂਤ ਜਿਹੜਾ ਦੁੱਖ ਹੈ ਇਹ ਲਿਖੇ ਅਨੁਸਾਰ ਸ਼ਾਹਜਹਾਨ ਦੇ ਵੇਲੇ ਵਿੱਚ ਹੋਇਆ ਦੱਸਿਆ ਹਾਸ਼ਮ ਨੇ ਇੱਕ ਜ਼ਮਾਨੇ ਅੰਦਰ ਸ਼ਾਹਜਹਾਨ ਦੇ ਬਾਰੇ ਮਗਰਲੇ ਸੋਹਣੀ ਦੇ ਕਿਸੇਕਾਰ ਕਾਦਰੀ ਯਾਰ ਤੇ ਫਜ਼ਲ ਸ਼ਾਹ ਵਰਗਿਆਂ ਵੀ ਮوڑ ਇਹੋ ਕੁਝ ਹੀ ਲਿਖਦੇ ਔਰ ਤੇ ਦੱਸਦੇ ਨੇ ਹਰ ਪਰ ਤਾਰੀਖੀ ਪੱਖੋਂ ਵੇਖਦਿਆਂ ਇਹ ਕਿੱਸਾ ਸ਼ਾਹਜਹਾਨ ਦੇ ਜ਼ਮਾਨੇ ਤੋਂ ਪਹਿਲਾਂ ਦਾ ਸਾਬਤ ਹੋ ਜਾਂਦਾ ਹੈ ਸ਼ਾਹ ਹਸਨ ਦਾ ਜ਼ਮਾਨਾ ਜਿਹੜਾ 11 1538 ਤੋਂ 1599 ਈਸਵੀ ਤੇ ਭਾਈ ਗੁਰਦਾਸ ਜੀ ਦੀਆਂ ਕਰਤਾਂ ਵਿੱਚ ਦਰਜ ਕੀਤੇ ਗਏ ਹਵਾਲੇ ਹੀ ਇਸ ਵਿਚਾਰ ਦੀ ਤਸਦੀਕ ਲਈ ਕਾਫੀ ਨੇ ਕਿਉਂਕਿ ਇਹ ਦੋਵੇਂ ਮਸ਼ਹੂਰ ਸ਼ਖਸੀਤਾਂ ਮਾਡਲੇ ਤੌਰ ਤੇ ਸ਼ਾਹਜਹਾਨ ਦੀ ਥਾਂ ਉਸਦੇ ਦਾਦੇ ਸ਼ੈਨਸ਼ਾ ਅਕਬਰ 1542 ਤੋਂ 1605 ਜਿਹਦਾ ਅਕਬਰ ਬਾਦਸ਼ਾਹ ਦਾ ਵਾਰਾ ਦਿਆਂ ਇਹ ਸਮਕਾਲੀ ਸਨ ਯਾਨੀ ਇਹ ਅਸਤੀਆਂ ਜਿਹੜੀਆਂ ਨੇ ਨਾਲੇ ਕਿਤੇ ਅਜਿਹੀ ਕਹਾਣੀ ਨੂੰ ਗੈਰ ਤਰੱਕੀਆ ਹਬਤਾ ਜ਼ਮਾਨੇ ਵਿੱਚ ਆਮ ਲੋਕਾਂ ਵਿੱਚ ਮਸ਼ਹੂਰ ਤੇ ਮਕਬੂਲ ਹੋ ਕੇ ਉਹਨਾਂ ਦੇ ਗੀਤਾਂ ਤੇ ਬੋਲੀਆਂ ਵਿੱਚ ਅਜਿਹੇ ਅਦਬ ਵਾਲੀ ਥਾਂ ਲੈਣ ਲਈ ਅਜਿਹਾਂ ਮਹਾਨ ਹਸਤੀਆਂ ਦੀਆਂ ਸਿੱਕੇ ਬੰਦ ਕਰਤਾ ਵਿੱਚ ਅਜਿਆ ਇਹ ਮਤਲਬ ਇਹ ਜਿਹੜਾ ਸਥਾਨ ਹੈ ਹਾਸਲ ਕਰਨ ਲਈ ਤਾਂ ਸਮਾਂ ਚਾਹੀਦਾ ਸੀ ਜੋ ਇਸ ਨੂੰ ਸ਼ਾਹਜਹਾਨ ਦੇ ਰਾਜ ਦੇ ਸਮੇਂ ਤੋਂ ਵੀ ਪਹਿਲਾਂ ਲੱਭ ਚੁੱਕਿਆ ਸੀ ਇਹ ਕਿਸਾ ਆਪਣੇ ਬਿਆਨ ਦੀ ਰੁਹਾਣੀ ਸਾਦਗੀ ਸਬਰ ਅਤੇ ਬਰਦਾਸ਼ਤ ਤੇ ਉਸ ਦੀ ਜਿਹੜੀ ਪਵਿੱਤਰਤਾ ਯਾਨੀ ਪਾਕੀਜ਼ਗੀ ਤੇ ਵਜ਼ਾਹਤ ਅਤੇ ਨੇਕਨਾਮੀ ਤੇ ਉਹਦੀ ਜਿਹੜੀ ਰਮਜ਼ਾਂ ਭਰੀ ਜਿਹੜੀ ਉਹਦੇ ਵਿੱਚ ਸੂਫੀਾਨਾ ਬੋਲੀ ਦੀ ਠੀਕ ਤੇ ਮਠਾਸ ਤੇ ਬਿਆਨ ਤੇ ਮਾਹੌਲ ਤੇ ਮੁਹਾਵਰੇ ਦੀ ਠੇਠਤਾ ਕਲਾ ਦੀ ਪਕਿਆਈ ਖੂਬਸੂਰਤੀ ਦਰਦ ਫਰਾਗ ਦੇ ਜਨੀ ਨਾਲ ਭਰੇ ਹੋਏ ਬਿਆਨ ਤੇ ਮਾਹੌਲ ਤੇ ਇੰਜ ਦੇ ਹੋਰ ਕਈ ਅਦਬੀ ਗੁਣਾ ਪਾਰੋਂ ਸਾਡੇ ਸੋਹਣੀ ਦੇ ਅਦਬ ਵਿੱਚ ਮੋਰੀ ਅਤੇ ਆਪਣੀ ਮਿਸਾਲ ਆਪ ਹੈ ਦਰਿਆ ਦੀਆਂ ਛੱਲਾਂ ਅੱਗੇ ਚੜੀ ਹੋਈ ਸੋਹਣੀ ਦੇ ਜਿਹੜੀ ਕੀਤੇ ਹੋਏ ਤੀਰ ਨੇ ਤੇ ਦਿਲ ਸੋਦ ਬਿਆਨ ਨੂੰ ਪਰਦਿਆ ਹੰਝੂ ਸੁੱਕਣ ਵਿੱਚ ਆਉਂਦੇ ਹੀ ਨਹੀਂ ਰੱਬਾ ਕੂਕ ਪੁਕਾਰ ਸੋਹਣੀ ਦੀ ਨਦੀਆਂ ਪਾਰ ਸੁਨਾਈ ਤੇ ਮਹੀਵਾਲ ਉਡੀਕੇ ਮੈਨੂੰ ਉਸ ਦੀ ਆਸ ਚੁਕਾਈ ਤੋਂ ਸੋਹਣੀ ਦਾ 에ਸੀ 하ਸ਼ਮ ਸ਼ਾ ਜੀ ਦੀ ਸੋਹਣੀ ਦਾ ਅਹਿਵਾਲ ਤੇ ਹੁਣ ਅਸੀਂ ਤੁਹਾਨੂੰ ਉਹਨਾਂ ਦੀ ਲਿਖੀ ਸੋਹਣੀ ਦਾ ਕੋਜੋ ਬਿਆਨ ਸਨਾਨੇ ਜਿਹੜੀ ਅਸੀਂ ਹਾਸ਼ਮ ਸ਼ਾਹ ਸਾਹਿਬ ਦੀ ਆਪਣੀ ਹੱਥੀਂ ਕਿਤਾਬ ਸੋਧੀ ਉਹਨਾਂ ਦੇ ਹੱਥ ਲਿਖਤੀ ਜਿਹੜੇ ਮੁਸਬਦੇ ਸਨ ਉਹਨਾਂ ਦੇ ਉਤੋਂ ਹਕਮਤ ਨਾਲ ਜਹਾਨੋਂ ਡਰਦਾ ਕਰ ਕਰ ਲਾਕ ਬਹਾਨੇ ਤੇ ਨੀਵੀਂ ਟਾਉਣ ਚਰਾਵੀ ਨਜ਼ਰੇ ਰੱਖਦਾ ਨੀਜ ਨਿਸ਼ਾਨੇ ਤੇ ਵੇਖਣ ਨੈਣ ਬਚਾਵਣ ਨਾਲੇ ਲੱਖਾਂ ਨੈਣ ਬਗਾਨੇ ਤੇ ਹਾਸ਼ਮ ਆਸ਼ਿਕ ਹੋਣ ਆਯਾਰੀ ਦਿਸਦੇ ਹਾਲ دیਵਾਨੇ ਤੋਂ ਇਹ ਗੱਲ ਸੋਹਣੀ ਦਾ ਜਿਹੜਾ ਆਸ਼ਿਕ ਸੀ ਇੱਜ਼ਤ ਬੇਗੋਦੀ ਹੋ ਰਹੀ ਹੈ ਯੋਜੋ ਹੋ ਸੋਣੀ ਨੂੰ ਆਵੇ ਜ਼ੁਲਫਾਂ ਫੜਨ ਸਿਆਹੀ ਤੇ ਹਰ ਹਰ ਵਾਲ ਬਣੇ ਇੱਕ ਆਫਤ ਦਰਦਮੰਦਾ ਹਕਫਾਹੀ ਤੇ ਖੂਨੀ ਨੈਣ ਵਧੇਰੇ ਹੋਮਨ ਤੀਰ ਅੰਦਾਜ਼ ਸਪਾਹੀ ਤੇ ਹਾਸ਼ਮ ਮਹੀਵਾਲ ਤਵੇਂ ਤਿਉ ਆਵੇ ਪੇਸ਼ ਤਬਾਹੀ ਤੇ ਪਾਇਆ ਆਨ ਜਵਾਨੀ ਜੋਬਨ ਹੋਰ ਦਿਨੋ ਦਿਨ ਜ਼ੋਰਾ ਤੇ ਸਮਝੇ ਹੋਸ਼ ਮਹਿਬੂਬਾਂ ਵਾਲੀ ਲਾੜ ਗਮਾਨ ਨਹੋਰਾ ਮਹੀਵਾਲ ਤਵੇਂ ਤਿਉ ਆਜਜ਼ ਰੋਜ਼ ਵਦੇ ਗਮ ਚੋਰਾ ਤੇ ਹਾਸ਼ਮ ਚਾਂਦ ਪਿਆ ਨਿਤ ਵਾਦੇ ਘਟਦਾ ਰੋਜ਼ ਚਕੋਰਾ ਸਮਝਣ ਖੂਬ ਲਗੀ ਜਦ ਸੋਣੀ ਜੋ ਕੁਝ ਨੇ ਯਰਾਨਾ ਤੇ ਬਾਕੀ ਚਾਲ ਚੱਲੇ ਅਰ ਬੇਲੀ ਹਾਥੀ ਮਸਤ دیਵਾਨਾ ਤੇ ਲਖਿਆ ਭੇਤ ਸੱਜਣ ਦਾ ਉਸਨੇ ਜਿਤਨਾ ਮਕਰ ਬਹਾਨਾ ਤੇ ਹਾਸ਼ਮ ਵੇਖ ਕੇ ਹੁਣ ਹੋਵਗ ਮਹੀਂਵਾਲ ਨਿਸ਼ਾਨਾ ਤੇ ਦਿਲ ਨੂੰ ਰਾਹ ਕਰੇ ਦਿਲ ਓੜਕ ਝੂਠ ਕਿਵੇਂ ਗੱਲ ਨਾਹੀ ਤੇ ਕੀਤਾ ਅਸਰ ਸੋਣੀ ਵਿੱਚ ਉਸ ਦੇ ਦਰਦ ਸਿਆਪੇ ਆਹੀ ਤੇ ਹੋਵਨ ਹਾਰ ਮਿਟੇ ਨਹੀਂ ਓੜਕ ਆਨ ਹੋਵੇ ਪਰ ਰਾਹੀ ਤੇ ਹਾਸ਼ਮ ਨਾਲ ਰਲੇ ਕੁਝ ਹੀਲਾ ਹੋਗ ਕੋਈ ਗਲ ਤਾਂਹੀ ਤੇ ਪਿਛਲੇ ਲੇਖ ਲਿਖੇ ਜਿਸ ਕਦੇ ਕਿਸ ਨੂੰ ਬਾਹੋਂ ਪਕੜ ਮਲਾਇਆ ਤੇ ਆਸ਼ਿਕ ਹੋਵਨ ਤੇ ਦੁੱਖ ਪਾਵਨ ਹੀਲਾ ਨਾਲ ਬਨਾਇਆ ਜੋ ਕੁਝ ਲੇਖ ਲਿਖਿਆ ਸੋ ਜ਼ਾਹਰ ਹੋਵਨ ਤੇ ਹੁਣ ਆਇਆ ਹਾਸ਼ਮ ਨੀ ਧਰੀ ਜਿਸ ਕਿਸ ਨੇ ਚਾਹੋ ਗਮੈਲ ਬਨਾਇਆ ਮਹੀ ਚਾਰ ਮਹੀ ਸਨ ਮਾਹੀ ਰਾਤ ਪਈ ਘਰ ਵਰਦਾ ਤੇ ਚੱਕਵੇ ਵਾਂਗ ਦੁਹਾਂ ਦੇ ਦਿਲ ਨੂੰ ਰਾਤ ਪਈ ਦਿਨ ਚੜਦਾ ਤੇ ਵੇਖਣ ਨੈਣ ਨੈਣਾ ਨੂੰ ਜਿਸ ਟਮ ਸਰਦ ਹੋਵੇ ਦਿਲ ਸੜਦਾ ਤੇ ਹਾਸ਼ਮ ਚਾਲੇ ਉਹ ਜਿਸ ਤਾਈਂ नाग ਬੇਰੋਂ ਦਾ ਲੜਦਾ ਤੇ ਦੂਰੋ ਦੂਰ ਜਦਾ ਵਿੱਚ ਲੋਕਾਂ ਰਹਿਣ ਦੋਵੇਂ ਚੁੱਪ ਕੀਤੇ ਤੇ ਵੇਲੇ ਨਾਲ ਦੋਵੇਂ ਦੁੱਖ ਭੋਲਨ ਰੋਜ਼ ਜਿਵੇਂ ਝੂ ਬੀਤੇ ਤੇ ਉਸਤਾਕਾਰ ਬੇਰੋਂ ਬਨ ਸੁਈ ਬੈਠ ਦੋਵੇਂ ਦਿਲ ਸੀਤੇ ਤੇ ਹਾਸ਼ਮ ਵੇਖ ਜਹਾਨੋਂ ਚੋਰੀ ਉਹ ਰਹਿਣ ਸਦਾ ਮਦ ਪੀਤੇ ਚਰਚਾ ਆਣ ਹੋਈ ਸਭ ਥਾਈਂ ਹਰ ਇੱਕ ਬਾਤ ਚਲਾਵੇ ਜਿਸ ਥਾਂ ਬਾਤ ਕਰਨ ਦੋ ਰਲ ਕੇ ਬਾਤ ਸੋਣੀ ਵੱਲ ਆਵੇ ਤੇ ਬਾਤਾਂ ਜਗਤ ਪਰਾਈਆਂ ਕਰ ਕਰ ਜੂ ਸਦਾ ਪ੍ਰਚਾਰੇ ਤੇ ਹਾਸ਼ਮ ਤਾਪ ਨਾ ਰਹਿੰਦਾ ਲੁਕਿਆ ਆਫਤ ਕੌਣ ਲੁਕਾਵੇ ਤੇ ਖੁੱਲੀ ਆਣ ਜ਼ਬਾਨ ਜਹਾਨੀ ਚਰਚਾ ਰੋਜ਼ ਸਵਾਈ ਤੇ ਮਹੀਵਾਲ ਸੋਣੀ ਦਾ ਆਸ਼ਿਕ ਲੱਗੀ ਕਹਿਣ ਖੁਦਾਈ ਤੇ ਰਲ ਕੇ ਬਹੁਤ ਬਖੀਲਾ ਚੁਗਲਾ ਆਤਿਸ਼ ਫੂਕ ਮਚਾਈ ਤੇ ਹਾਸ਼ਮ ਬਾਪ ਸੋਣੀ ਦੇ ਸੁਨਿਆ ਖੇਸ਼ ਕਬੀਲੇ ਮਾਈ ਤੇ ਸੁਣ ਕੇ ਬਹੁਤ ਹੋਇਆ ਸ਼ਰਮਿੰਦਾ ਤੁੱਲਾ ਬਾਪ ਵਿਚਾਰਾ ਕਰਦਾ ਸ਼ਰਮ ਹਯਾ ਜਹਾਨੀ ਸਭ ਤੋਂ ਬਹੁਤ ਪਿਆਰਾ ਖੂਬੀ ਸ਼ਰਮ ਸਭੀ ਜੱਗ ਢੂੰਡੇ ਕਿਸਮਤ ਨਾਲ ਨਾ ਚਾਰਾ ਤੇ ਹਾਸ਼ਮ ਸ਼ਰਮ ਕਹੀ ਕਰ ਜਿਸ ਦੇ ਕਰਦਾ ਇਸ਼ਕ ਪਸਾਰਾ ਹਾਸ਼ਮ ਸ਼ਰਮ ਕਹੀ ਕਰ ਜਿਸ ਦੇ ਕਰਦਾ ਇਸ਼ਕ ਪਸਾਰਾ ਤੋਂ ਪਿਆਰਿਓ ਇਹ ਸੀ ਸੋਣੀ ਮਈਵਾਲ ਸਯਦ ਆਸ਼ਮ ਸ਼ਾਹ ਹੋਰਾਂ ਦੀ ਲਿਖੀ ਹੋਈ ਇਹਦੇ ਨਾਲ ਹੀ ਸਾਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ ਜੀ ਹੁੰਦੇ ਵਾਸੇ ਰਹੋ ਖੁਸ਼ ਰਹੋ ਸਲਾਮਤ ਰਹੋ